ਤੁਹਾਡੇ ਨਾ ਘਰ ਦੇ ਖੂੰਜੇ 'ਚ ਸਿੱਟਿਆ ਪਿਆ ਕਵਾੜ ਵੀ ਤੁਹਾਡੇ ਘਰ ਦੀ ਸਜਾਵਟ ਬਣ ਸਕਦਾ। ਬਸ ਆਹ ਬੰਦਿਆਂ ਤੋਂ ਮੱਤ ਲੈਣ ਦੀ ਲੋੜ ਆ। ਆਪਾਂ ਇਹਨਾਂ ਤੋਂ ਮੱਤ ਵੀ ਲਵਾਂਗੇ ਅਤੇ ਜੜੀਆਂ ਬੂਟੀਆਂ ਅਤੇ ਹੋਰ ਬਹੁਤ ਸਾਰੇ ਪੌਦਿਆਂ ਦੀ ਪਨੀਰੀ ਵੀ ਇਹਨਾਂ ਕੋਲ ਮਿਲਦੀ ਆ ਅਤੇ ਇਹਨਾਂ ਤੋਂ ਇਹਨਾਂ ਦੀ ਸਮਝ ਵੀ ਲਵਾਂਗੇ। ਆ ਜਾਓ ਕਰਦੇ ਹਾਂ ਗੱਲਬਾਤ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਨਾ ਤੁਹਾਨੂੰ ਵੱਡੀ ਚੀਜ਼ ਦੱਸਣੀ ਆ ਕਿ ਫ੍ਰੀ ਦੇ ਵਿੱਚ ਤੁਸੀਂ ਆਪਦੇ ਘਰ ਨੂੰ ਕਿਵੇਂ ਖੂਬਸੂਰਤ ਕਰ ਸਕਦੇ ਆ। ਇਹਦੇ ਲਈ ਕੋਈ ਬਹੁਤ ਲੱਖਾਂ ਹਜ਼ਾਰਾਂ ਵਾਲੀ ਗੱਲ ਨਹੀਂ ਹੈਗੀ ਵੀ ਵੱਡੇ ਵੱਡੇ ਮਹਿੰਗੇ ਬੂਟੇ ਲਾਉਣੇ ਆ ਅਤੇ ਸਾਦੀਆਂ ਚੀਜ਼ਾਂ ਨੂੰ ਵੀ ਤੁਸੀਂ ਵਰਤ ਕੇ ਡੈਕੋਰੇਸ਼ਨ ਕਰ ਸਕਦੇ ਆ। ਉਹ ਕਿਵੇਂ ਡੈਕੋਰੇਸ਼ਨ ਕਰਨੀ ਆ, ਕਿਵੇਂ ਉਹ ਫ੍ਰੀ 'ਚ ਬੂਟੇ ਮਿਲਣੇ ਆ, ਇਹਨਾਂ ਸਾਰੀਆਂ ਗੱਲਾਂ ਦਾ ਹੱਲ ਆਪਣੇ ਕੋਲ ਗੁਰਪ੍ਰੀਤ ਸਰਾਂ ਬਾਈ ਜੀ ਕੋਲ ਆ। ਫਰੀਦਕੋਟ ਦੇ ਵਿੱਚ ਆਏ ਹੋਏ ਆਪਾਂ, ਜਿਹੜੇ ਕਿ ਵੀਡ ਸੁਸਾਇਟੀ ਚਲਾਉਂਦੇ ਵੀ ਇਹ ਆ, ਅਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਬਾਈ ਜੀ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਬਾਈ ਜੀ। ਮਿਹਰਬਾਨੀ ਜੀ, ਤੁਹਾਨੂੰ ਅਸੀਂ ਜੀ ਆਇਆਂ ਆਖਦੇ ਹਾਂ। ਮਿਹਰਬਾਨੀ ਜੀ, ਤੁਸੀਂ ਇੱਥੇ ਚਰਨ ਪਾਏ ਅਤੇ ਜਿਹੜਾ ਲੋਕਾਂ ਨੂੰ ਆਪਾਂ ਜਾਗਰੂਕ ਕਰਨ ਵਾਸਤੇ ਜੀ ਜਿਹੜੀ ਇਹ ਤੁਸੀਂ ਜਿਹੜੀ ਵੀਡੀਓ ਆ ਦੇ ਜ਼ਰੀਏ ਇਹ ਲਿਜਾ ਰਹੇ ਹਾਂ ਲੋਕ ਕਚਹਿਰੀ ਦੇ ਵਿੱਚ, ਜਿਹੜਾ ਕੁਦਰਤ ਨੂੰ ਲੈ ਕੇ ਜਾ ਰਹੇ ਹਾਂ। ਵੱਡਾ ਯੋਗਦਾਨ ਤੁਹਾਡਾ ਵੀਰ ਜੀ। ਵੀਰ ਜੀ ਗੱਲ ਇਹ ਆ ਵੀ ਆਹ ਡੈਕੋਰੇਸ਼ਨ ਵਾਲੇ ਮਤਲਬ ਘੜੇ ਲਾਏ ਹੋਏ ਆ ਤੁਹਾਡੇ, ਕਿਤੇ ਆ ਤੁਹਾਡੀਆਂ ਪੀਪੀਆਂ ਲਾਈਆਂ ਹੋਈਆਂ ਹੈ ਨਾ, ਅਤੇ ਕਿਤੇ ਤੁਹਾਡੇ ਆਹ ਮੈਂ ਕਹਿੰਦਾ ਵੀ ਫਿਲਟਰਾਂ ਵਾਲੇ ਮੈਂ ਕਹਿੰਦਾ ਆਇਲ ਫਿਲਟਰ ਜੇ ਲਾਏ ਹੋਏ ਆ ਨਾ। ਹਾਂਜੀ, ਇਹ ਕਿੱਥੋਂ ਮਤਲਬ ਤੁਸੀਂ ਇਕੱਠਾ ਕੀਤਾ ਮਟੀਰੀਅਲ ਅਤੇ ਕਿਵੇਂ ਮਨ 'ਚ ਆਈਡੀਆ ਆਇਆ ਭਾਈ ਆਪਾਂ ਆਹ ਕਰੀਏ? ਦੇਖੋ ਬਾਈ ਜੀ, ਮੈਂ ਜਿਹੜਾ ਇੱਥੇ ਮੇਨ ਸੁਨੇਹਾ ਇਹ ਦੇਣਾ ਚਾਹੁੰਦਾ ਬਈ, ਆਪਣਾ ਪਲਾਸਟਿਕ ਵੇਸਟ ਇੱਕ ਬਹੁਤ ਸੰਸਾਰ ਪੱਧਰ ਦੀ ਜਿਹੜੀ ਪੋਲਿਊਸ਼ਨ ਦੀ ਸਮੱਸਿਆ ਬਣ ਗਈ ਹੈ, ਵੱਡੀ ਸਮੱਸਿਆ ਵਿਸ਼ ਵੀ, ਕਿਉਂਕਿ ਆਪਣੇ ਕੋਲ ਆਪਾਂ ਹਰ ਚੀਜ਼ ਅੱਜ ਕੱਲ੍ਹ ਪਲਾਸਟਿਕ 'ਚ ਆਉਂਦੀ ਆ, ਲਿਫਾਫਿਆਂ 'ਚ ਆਉਂਦੀ ਆ ਜੀ, ਪੀਪੀਆਂ 'ਚ ਆਉਂਦੀ ਆ, ਸਾਰਾ ਪਲਾਸਟਿਕ ਆ ਜੀ, ਉਹ ਤਕਰੀਬਨ ਆਪਾਂ ਨੂੰ ਸੁੱਟਣਾ ਪੈਂਦਾ। ਜੇ ਆਪਾਂ ਦੇਖੀਏ ਆਪਾਂ ਤਕਰੀਬਨ ਸੁੱਟਦੇ ਹਾਂ ਆਪਾਂ, ਅਤੇ ਉਸ ਤੋਂ ਬਾਅਦ ਉਹ ਆਪਾਂ ਨੂੰ ਫੈਲਦਾ ਅਤੇ ਇੱਕ ਪ੍ਰਦੂਸ਼ਣ ਦਾ ਜਿਹੜਾ ਰੂਪ ਸਮੁੰਦਰਾਂ ਦੇ ਵਿੱਚ, ਸਾਡੇ ਕੁਦਰਤੀ ਸਰੋਤਾਂ ਦੇ ਵਿੱਚ, ਜੰਗਲਾਂ ਦੇ ਵਿੱਚ, ਬੇਲਿਆਂ ਦੇ ਵਿੱਚ, ਅਤੇ ਉਹ ਜਿਹੜਾ ਉਹ ਆਪਣੀ ਜਿਹੜੀ ਆਪਦਾ ਪ੍ਰਦੂਸ਼ਣ ਉਹ ਫੈਲਾ ਰਿਹਾ ਜੀ। ਅਤੇ ਕਿਉਂ ਨਾ ਜਿਹੜਾ ਅਸੀਂ ਜਿਹੜਾ ਸੁਨੇਹਾ ਇਹ ਦੇਣਾ ਚਾਹੁੰਦੇ ਹਾਂ ਬਈ, ਉਸ ਪ੍ਰਦੂਸ਼ਣ ਨੂੰ ਅਸੀਂ ਆਕਸੀਜਨ ਪੈਦਾ ਕਰਨ ਦਾ ਜੇ ਸਰੋਤ ਬਣਾ ਲਿਆ ਜਾਵੇ ਤਾਂ ਉਹ ਜ਼ਿਆਦਾ ਬੈਠ ਜੀ। ਇਸ ਕਰਕੇ ਅਸੀਂ ਜਿਹੜੀ ਕੋਸ਼ਿਸ਼ ਇਹ ਕਰਦੇ ਹਾਂ ਵੀ ਜਿੰਨਾ ਵੇਸਟ ਮਟੀਰੀਅਲ ਹੁੰਦਾ, ਚਾਹੇ ਉਹ ਠੰਡੇ ਵਾਲੀਆਂ ਬੋਤਲਾਂ ਹੋਣ, ਚਾਹੇ ਉਹ ਰੰਗ ਵਾਲੀਆਂ ਬੋਤਲਾਂ ਹੋਣ ਜੀ, ਪੀਪੀਆਂ ਹੋਣ, ਕੇਨੀਆਂ ਹੋਣ, ਬਾਲਟੀਆਂ ਹੋਣ, ਉਹ ਆਪਦੇ ਸਾਂ ਢੰਗ ਨਾਲ ਉਹਨੂੰ ਖੂਬਸੂਰਤ ਬਣਾ ਕੇ ਉਹਨਾਂ ਦੇ ਵਿੱਚ ਜਿਹੜੇ ਪੌਦੇ ਲਾਏ ਜਾਣ। ਹੁਣ ਦੇਖੋ ਵੀ ਆਹ ਘੜਾ ਵਾ ਹੈ ਨਾ। ਹਾਂਜੀ ਹਾਂਜੀ, ਮਤਲਬ ਸਧਾਰਨ ਤੌਰ 'ਤੇ ਬਹੁਤਿਆਂ ਸਿੱਟੇ ਪਏ ਹੁੰਦੇ ਆ ਅਤੇ ਉਹ ਤੁਸੀਂ ਰੰਗ ਰੁੰਗ ਕਰਕੇ ਆ ਦੇਖੋ, ਮੋਰ ਘੁੱਗੀਆਂ ਅਤੇ ਵੇਲਾਂ ਪਾਈਆਂ ਬਾਈ, ਇਹ ਤਾਂ ਮੈਂ ਕਹਿੰਦਾ ਵੀ ਲੱਖੀ ਨਾ ਹਜ਼ਾਰੀਆਂ ਵਾਲੀ ਮੋਗਾ ਲਾਏ ਤਾਂ ਬਾਈ। ਬਿਲਕੁਲ, ਇਹ ਜਿਵੇਂ ਸਾਡੇ ਜਲੰਧਰ ਸੁਸਾਇਟੀ ਆ ਉਹਨਾਂ ਦੇ ਉਹਨਾਂ ਵੱਲੋਂ ਜਿਹੜੇ ਇਹ ਜੀ ਕਲਾਕਾਰੀ ਕਰਕੇ ਸਾਨੂੰ ਜਿਹੜੀਆਂ ਇਹ ਗਿਫਟ ਕੀਤੇ ਗਏ, ਜਿਵੇਂ ਇੱਕ ਸਧਾਰਨ ਲੀਟਰ ਜਿਹਾ। ਬਿਲਕੁਲ, ਇਹ ਪੇਂਟ ਵਾਲੇ ਡੱਬੇ ਆ ਜੀ ਜਿਹੜੇ ਆਮ ਆਪਾਂ ਸਿੱਟ ਦਿੰਦੇ ਹਾਂ। ਹਾਂਜੀ, ਉਹਨੂੰ ਇਹ ਡੈਕੋਰੇਟ ਕਰਕੇ ਤੁਸੀਂ ਦੇਖੋ ਵੀ ਜਿਹੜਾ ਆਹ ਬੂਟਾ ਵੀ ਤੁਹਾਨੂੰ ਮੈਂ ਦਿਖਾਵਾਂ, ਇੱਕ ਪੰਜਾਬੀ 'ਚ ਇਹਨੂੰ ਛਿੱਤਰਥੋਰ ਕਹਿੰਦੇ ਆ ਬਾਈ ਜੀ, ਜਿਹੜਾ ਆਪਾਂ ਕਹਿੰਦੇ ਵੀ ਆਮ ਆਪਣੇ ਸਿੱਟਿਆ ਪਿਆ। ਜੇ ਇਹੀ ਆਪਾਂ ਵਿਕਸਿਤ ਦੇਸ਼ 'ਚ ਚਲੇ ਜਾਈਏ ਤੇ ਉੱਥੇ ਇਹ ਲੱਖਾਂ ਦਾ ਬੂਟਾ, ਹਾਂ ਵੇਖਦਾ ਜੀ ਇਹ ਜਿਹੜਾ ਇਹਦਾ ਪਲਪ ਆ। ਹਾਂਜੀ, ਇਹ ਜਿਹੜਾ ਉਹਦੇ ਵਿੱਚ ਇਹਦਾ ਇਹਦੇ 'ਚ ਫਰੂਟ ਵੀ ਇਹਨੂੰ ਬੜਾ ਵਧੀਆ ਲੱਗਦਾ, ਉਹਨੂੰ ਕੰਡਾ ਮਾਰ ਕੇ ਖਾਣਾ ਪੈਂਦਾ ਹੈ ਰੈੱਡ ਕਲਰ ਕੇ ਜੀ, ਬੜਾ ਟੇਸਟੀ ਹੁੰਦਾ ਜੀ। ਫਿਰ ਇਹਨੂੰ ਜਿਹੜਾ ਇਹਦਾ ਪਲਪ ਆ ਉਹਦੀ ਜਿਹੜੀ ਸਬਜ਼ੀ ਬਣਦੀ ਆ USA ਦੇ ਸਟੋਰਾਂ ਦੇ ਵਿੱਚ ਮਿਲਦਾ ਹੈ, ਅਤੇ ਆਪਣੇ ਜਿਹੜਾ ਆਮ ਹੀ ਖੜਾ ਇੱਥੇ ਆਪਾਂ ਕੋਈ ਅਣਗੌਲਿਆ ਕੀਤਾ, ਪਤਾ ਅਸੀਂ ਤਾਂ ਅਸੀਂ ਕੀਤੀ ਪਈ ਆ ਇਹਦੀ। ਬਿਲਕੁਲ ਜੀ, ਤੁਸੀਂ ਦੇਖੋ ਬਈ ਹੁਣ ਇਹਦੇ 'ਚ ਕਿੰਨਾ ਆਪਦੀ ਇਹ ਖੂਬਸੂਰਤ ਬਣ ਗਿਆ। ਦੇਖੋ ਕਿੱਡਾ ਸੋਹਣਾ ਲੱਗ ਰਿਹਾ ਦਰਸ਼ਕ, ਉਹ ਤਾਂ ਹੈਗਾ ਇਹ ਛਿੱਤਰ ਥੋਰ ਆ। ਬਿਲਕੁਲ, ਆਪਣੀ ਨਜ਼ਰ 'ਚ ਆਉਂ ਤਾਂ ਬਹੁਤ ਕੀਮਤ ਰੱਖਦਾ ਕੁਦਰਤ ਦੀ, ਬਨਸਪਤੀ ਕੋਈ ਵੀ ਆ ਬਾਈ ਜੀ ਹੈ ਨਾ, ਬਹੁਤ ਵੱਡਾ ਰੋਲ ਰੱਖਦੀ ਆ। ਅਤੇ ਇੱਕ ਫਿਰ ਬਾਈ ਜੀ ਸਾਨੇ ਆਹ ਤੁਹਾਡੀਆਂ ਲਾਈਆਂ ਹੋਈਆਂ ਬੋਤਲਾਂ, ਆਹ ਵੀ ਤੁਹਾਨੂੰ ਮੈਂ ਦਿਖਾ ਦਿਆਂ, ਅਤੇ ਇੱਕ ਤੁਹਾਡੇ ਆਹ ਆਹ ਪੌਟ ਜੇ ਕਿੱਥੋਂ ਲਿਆਂਦੇ ਕਿਤੇ ਇਹ? ਇਹ ਆਪਣੇ ਜਿਹੜਾ ਕਾਰੀਗਰੀ ਆਪਣਾ ਸੁਸਾਇਟੀ ਦਾ, ਜੇ ਪੰਛੀਆਂ ਦੇ ਲਈ ਜਿਹੜੇ ਆਲਣੇ ਆ ਉਹਨੂੰ ਇੱਕ ਜਿਵੇਂ ਛੋਟੇ ਪੰਛੀ ਵਾਸਤੇ ਇਹ ਟੰਗਿਆ ਗਿਆ ਵੀ ਹੋ ਸਕਦਾ ਸਮੇਂ 'ਤੇ ਕੋਈ ਚਿੜੀ ਜਾਂ ਕੋਈ ਮੁਨੀਆਂ ਜਿਹੜੇ ਪੰਛੀ ਇਹਦੇ 'ਚ ਉਹ ਆਲਣਾ ਬਣਾਉਂਦੇ ਆ ਸਮੇਂ ਸਮੇਂ 'ਤੇ ਜੀ, ਅਤੇ ਚੱਕੇ ਦਾ ਪੰਛੀ ਇਹਨੂੰ ਕਰਕੇ ਗਿਆ, ਇਹ ਸਬੂਤ ਆਪਦਾ ਛੱਡ ਕੇ ਗਿਆ। ਅੱਛਾ, ਵੀ ਦੇ ਗਿਆ ਦੂਜੀਆਂ ਬੋਤਲਾਂ ਆਪਣੀਆਂ ਠੰਡੇ ਵਾਲੀਆਂ ਕੋਕਾ ਕੋਲਾ ਵਾਲੀਆਂ ਜਾਂ ਕੋਈ ਹੋਰ, ਇਹ ਸਿੱਟਦੇ ਆਪਾਂ ਵੇਸਟ ਚਲੀ ਜਾਂਦੀ ਆ ਜੀ, ਤੇ ਆਪਾਂ ਫਿਰ ਇਹਨੂੰ ਕਿਉਂ ਬਈ ਕਿਉਂ ਨੀ ਕੱਟ ਵੱਢ ਕਰਕੇ ਇਹਦੇ 'ਚ ਪਲਾਂਟਸ ਲੱਗ ਸਕਦੇ ਜੀ। ਤੇ ਕਈ ਕਹਿੰਦੇ ਜਿਵੇਂ ਪਲਾਸਟਿਕ ਦੇ ਵਿੱਚ ਬੂਟਾ ਚੱਲਦਾ ਨੀ, ਵੱਡੀ ਸਮੱਸਿਆ ਇੱਥੇ ਆਉਂਦੀ ਆ ਕੇ ਸਾਨੂੰ ਵੀ, ਜਿਹੜੇ ਮੈਂ ਜਦੋਂ ਅਸੀਂ ਬੂਟੇ ਲਾਏ ਸੀ ਨਾ ਜੀ, ਤੇ ਬਹੁਤ ਜਿਹੜੇ ਕਮੈਂਟ ਆਏ ਬਈ ਕੋਈ ਫਾਇਦਾ ਨਹੀਂ ਪਲਾਸਟਿਕ 'ਚ ਬੂਟਾ ਚੱਲਣਾ ਹੀ ਨਹੀਂ ਜੀ, ਰੌਲਾ ਕੀ ਹੁੰਦਾ ਨਾ, ਥੋੜ੍ਹੀ ਜਿਹੀ ਆਪਾਂ ਖੋਜ ਕਰੀਏ ਤਾਂ ਮਿੱਟੀ ਉਸ ਹਿਸਾਬ ਦੀ ਆਪਾਂ ਕਰ ਸਕਦੇ ਹਾਂ ਜਿਹੜੀ ਪੋਲੀ ਰਹਿੰਦੀ ਆ ਜੀ, ਠੀਕ ਆ, ਬੂਟੇ ਦੀ ਚੋਣ ਆਪਾਂ ਉਸ ਹਿਸਾਬ ਦੀ ਕਰ ਸਕਦੇ ਹਾਂ। ਹੁਣ ਇਹ 'ਚ ਮੋਰੀਆਂ ਵਗੈਰਾ ਦੇਖੋ ਡਰੇਨੇਜ ਪੂਰੀ ਕਰਨੀ ਪੈਂਦੀ ਆ, ਪਾਣੀ ਦੇ ਥੱਲੇ ਗਲੀਆਂ ਕਿੰਨੀਆਂ ਜਿਹੜਾ ਕਰਕੇ
ਤੁਸੀਂ ਅਜੇ ਮੈਨੂੰ ਦੱਸ ਦਿਓ ਵੀ ਬੂਟਾ ਤੁਹਾਨੂੰ ਸਾਰੇ ਹੀ ਚੱਲੇ ਮਿਲਣਗੇ। ਆਹ ਸਾਰੇ ਹੀ ਚੱਲੇ ਹੋਏ ਆ, ਆਹ ਜਿਹੜੀ ਕਹਿੰਦੇ ਹੈਗੀ ਆ ਵੇਲ ਜੀ ਕਹਿੰਦੇ ਹੁੰਦੇ ਜੀ ਕੋਠਾ ਦੇ ਪਲਾਂਟ, ਹਾਂਜੀ ਬਿਲ ਪਲਾਂਟ ਆ ਇਹ ਬਹੁਤ ਵਧੀਆ ਜੀ। ਦੁਪਹਿਰ ਖੜੀ ਵੀ ਹੈਗੀ ਆ, ਬਿਲਕੁਲ ਸਾਰੀ ਬਹੁਤ ਸਪੀਸੀ ਹੈਗੀਆਂ ਇਹਦੇ ਵਿੱਚ ਚੱਲੀਆਂ ਹੋਈਆਂ ਜਿਹੜੀਆਂ ਬਿਲਕੁਲ। ਅੱਛਾ ਵੀ ਇੱਥੋਂ ਥੱਲੇ ਗਲੀ ਕਰ ਦਈਏ ਤੇ ਮਿੱਟੀ ਦੀ ਚੋਣ ਵੀ ਨਿਰਭਰ ਕਰਦੀ ਆ ਨਾ? ਬਿਲਕੁਲ, ਮਿੱਟੀ ਪੋਲੀ ਰੱਖਣੀ ਆਪਾਂ, ਜਿਵੇਂ ਵਿੱਚ ਰੇਤਲੀ ਮਿੱਟੀ ਹੋ ਗਈ, ਕੁਛ ਆਪਾਂ ਖਾਦ ਹੋ ਗਈ, ਕੁਛ ਆਪਣਾ ਵਾਹਨ ਦੀ ਮਿੱਟੀ ਹੋ ਗਈ। ਜੇ ਕੋਈ ਮਾੜਾ ਮੋਟਾ ਖਰਚ ਕਰ ਸਕਦਾ, ਵੈਸੇ ਤਾਂ ਲੋੜ ਨਹੀਂ ਹੁੰਦੀ, ਕੋਈ ਕੋਕੋ ਪੀਟ ਵੀ ਤੁਸੀਂ ਇਹਦੇ 'ਚ ਪਾ ਸਕਦੇ ਹੋ ਜੀ। ਅਤੇ ਵੈਸੇ ਬਿਨਾਂ ਖਰਚ ਕਰਨ ਤੋਂ ਰੂ ਆਹ ਆਪਣੀਆਂ ਛਟੀਆਂ ਵਾਲੀ ਖਾਦ ਹੋ ਗਈ, ਜਿਹੜੀ ਛਟੀਆਂ ਦੇ ਥੱਲੇ ਹੁੰਦੀ ਆ ਜੀ, ਉਹ ਕੋਕੋ ਪੀਟ ਦਾ ਕੰਮ ਦੇ ਦਿੰਦੀ ਆ, ਪੱਕ ਦੇ ਦਿੰਦੀ ਝੋਨੇ ਦਾ ਇਹ ਕੰਮ। ਅਤੇ ਇੱਕ ਫਿਰ ਦੂਜੀ ਗੱਲ ਆ, ਬੂਟੇ ਫਿਰ ਤਿਆਰ ਕਿਵੇਂ ਕਰਦੇ ਆ ਤੁਸੀਂ ਬਾਈ? ਇਹ ਆਹ ਤੁਹਾਨੂੰ ਮੈਂ ਚੀਜ਼ ਦਿਖਾਉਂਦਾ, ਇਹਦੇ 'ਚ ਜਿੰਨੇ ਬੂਟੇ ਲੱਗੇ ਆ 90% ਮੈਂ ਐਡੀ ਐਡੀਆਂ ਕਲਮਾਂ ਹੀ ਕੱਟ ਕੇ ਲਾਈਆਂ ਸੀ। ਅੱਛਾ, ਉਹਨਾਂ ਆਹ ਜਿਹੜੀ ਗੁਲਾਚੀ ਨਾ, ਲਾਲ ਗੁਲਾਚੀ ਨੇ ਬਹੁਤ ਘੱਟ ਮਿਲਦਾ, ਰੈੱਡ ਫਲਾਰ ਆਉਂਦਾ ਇਹਨੂੰ ਆਮ ਤੌਰ 'ਤੇ, ਜੇ ਚੰਪਾ ਕਹਿੰਦੇ ਇਹਨੂੰ ਹਿੰਦੀ 'ਚ, ਆਮ ਇਹ ਦੂਜਾ ਚਿੱਟੇ ਸਫੇਦ ਰੰਗ ਦੇ ਹੁੰਦੇ ਆ, ਇਹ ਰੈੱਡ ਆ। ਅੱਛਾ, ਪੁਲਮੇਰੀਆ ਹੈ, ਪੁਲਮੇਰੀਆ ਇਹਦੀ ਜੀ, ਅਤੇ ਰੈੱਡ ਕਲਰ ਦੇ ਇਹਨੂੰ ਫੁੱਲ ਆ। ਇਹ ਸਿਰਫ ਨਾ ਇੰਨੀ ਕੁ ਜਿਹੜੀ ਇਹਦੀ ਆਹ ਕੱਟ ਕੇ ਲਿਆਂਦੀ ਸੀਗੀ, ਅੱਛਾ ਡੰਡਾ ਜਿਹਾ ਡੰਡੀ ਇਹਦੇ 'ਚ ਲਾਈ ਸੀ, ਅਤੇ ਆਹ 1 ਸਾਲ ਦੇ ਵਿੱਚ ਇਹ ਪੂਰਾ ਜਿਹੜਾ ਹੁਣ ਬਣ ਗਿਆ, ਅਤੇ ਅਗਲੇ ਸਾਲ ਤੱਕ ਉਮੀਦ ਆ ਵੀ ਆਪਣੇ ਜਿੱਡਾ ਇਹ ਹੋ ਜੂਗਾ। ਇਹ ਖੁਸ਼ਬੂ ਵੀ ਆਉਂਦੀ ਇਹਨਾਂ ਦੀ ਬਹੁਤ ਵਧੀਆ, ਸੋਹਣਾ ਪਲਾਂਟ ਆ। ਦੇਖੋ ਬਾਕੀ ਆਹ ਵੀ ਸਾਰੇ ਇਸੇ ਤਰ੍ਹਾਂ ਹੀ ਜਿਹੜੇ ਮਦਰ ਪਲਾਂਟਸ 'ਚੋਂ ਕੱਢ ਕੱਢ ਕੇ ਕੱਟ ਕੱਟ ਕੇ ਸਾਰੇ ਬੂਟੇ ਇਸ ਤਰ੍ਹਾਂ ਹੀ ਲਾਏ ਹੋਏ ਆ, ਜਿੰਨੇ ਵੀ ਇਹ ਪਲਾਂਟ। ਆਹ ਵੀ ਇੱਕ ਟਾਹਣੀ ਜਿਵੇਂ ਆਹ, ਹਾਂਜੀ, ਮੈਂ ਤੁਹਾਨੂੰ ਗਿਫਟ ਕਰ ਦਿੰਦਾ, ਮੈਂ ਇੱਥੇ ਚੱਲਦੀ ਵੀਡੀਓ ਜੀ, ਲਓ ਤੁਸੀਂ ਬਸ ਇਹੀ ਇਹਨੂੰ ਲਾ ਦੇਣਾ ਜਾ ਕੇ। ਇਹ ਜਿਹੜਾ ਇਹ ਕੀ ਨਾਂ ਕੀ ਹੈ ਬੂਟੇ ਦਾ? ਇਹਦਾ ਇਹਨੂੰ ਕਹਿ ਦਿੰਦੇ ਆ ਕੁੱਕੜ ਕਲਗੀ ਵੀ ਕਹਿ ਦਿੰਦੇ ਆ ਪੰਜਾਬੀ ਦੇ ਵਿੱਚ, ਇਸ ਤਰ੍ਹਾਂ ਦਾ। ਤੇ ਜਿਵੇਂ ਮਰਜ਼ੀ, ਮਤਲਬ ਕਿ ਤੁਸੀਂ ਇਹਨੂੰ ਜਿੰਨੇ ਮਰਜ਼ੀ ਪਲਾਂਟਸ, ਮਤਲਬ ਸਾਰੇ ਜਿਹਨੇ ਦੇਸੀ ਰੁੱਖ ਆਏ ਸਾਰੇ, ਹੈ ਨਾ? ਬਿਲਕੁਲ ਜੀ, ਦੇਸੀ ਹੋ ਗਏ। ਉਹ ਕੀ ਲਾਇਆ ਹੋਇਆ ਤੁਹਾਡਾ ਮਤਲਬ? ਉਹ ਅੱਜ ਮੈਂ ਕੱਲ ਹੀ ਲਾਈ ਹੈ, ਹਜੇ ਪੱਟ ਕੇ, ਆਪਣੀ ਤੁਲਸੀ, ਤੁਲਸੀ ਆ ਕਾਲੀ ਤੁਲਸੀ ਗਮਲੇ ਦੇ ਵਿੱਚ ਜੀ। ਅੱਜ ਘੜਿਆਂ ਦੇ ਵਿੱਚ ਆਮ ਤੌਰ 'ਤੇ ਆਪਾਂ ਕਹਿ ਦਿੰਦੇ ਹਾਂ ਨਾ ਬਈ ਯਾਰ ਧੁੱਪੇ ਬੂਟੇ ਚੱਲਦੇ ਨਹੀਂ, ਚੋਣ ਉਹੋ ਜਿਹੀ ਕਰੋ ਬਈ। ਹੁਣ ਬੋਗਨਵਿਲੀਆ ਲਾਈ ਆ, ਹਾਰਡ ਪਲਾਂਟ ਆ ਇਹ, ਛੇਤੀ ਮਰਦਾ ਨਹੀਂ ਧੁੱਪੇ ਵੀ। ਤੁਸੀਂ ਇਹ ਦੇਖੋ ਕਿ ਧੁੱਪ ਦੇ ਵਿੱਚ ਵੀ ਪੂਰੇ ਇਹ ਪੂਰੇ ਖਿੜੇ ਹੋਏ ਆ, ਪੂਰੇ ਵਧੀਆ ਬਣੇ ਹੋਏ ਆ। ਹਾਂਜੀ ਹਾਂਜੀ ਬਾਈ। ਤੇ ਇੱਕ ਇੱਧਰ ਆ ਜਾਓ ਦਰਸ਼ਕੋ, ਤੁਹਾਨੂੰ ਮੈਂ ਦਿਖਾ ਦਿਆਂ ਹੋਰ। ਆਹ ਦੇਖੋ ਲੀਟਰਾਂ ਦੇ ਵਿੱਚ ਕਿਸ ਕਿਸਮ ਦੇ ਬੂਟੇ ਲਾਏ ਹੋਏ ਆ। ਆਹ ਦੇਖੋ ਚੈਨ ਲਾਈ ਪਈ ਆ ਵੀਰੇ ਦਾ, ਸਾਰਾ ਮੈਂ ਟਾਇਰ ਸਾਰਾ ਫੁੱਲ ਕੀਤਾ ਪਿਆ ਬਾਈ ਜੀ ਤੁਹਾਡਾ। ਬਿਲਕੁਲ ਜੀ। ਤੇ ਇੱਕ ਵਾਰ ਤੁਹਾਡੀ ਨਰਸਰੀ ਬਾਰੇ ਵੀ ਆਪਾਂ ਗੱਲਬਾਤ ਕਰਦੇ ਹਾਂ ਦਰਸ਼ਕੋ, ਉਹ ਵੀ ਆਪਾਂ ਥੱਲੇ ਜਾ ਕੇ ਗੱਲ ਕਰਦੇ ਜਿੱਥੇ ਦੀ ਨਰਸਰੀ ਤਿਆਰ ਆ, ਹੈ ਨਾ ਬਾਈ ਜੀ? ਬਿਲਕੁਲ। ਤੇ ਆਜੋ ਚੱਲ ਗਏ ਦਰਸ਼ਕ ਉੱਧਰ ਨੂੰ ਵੀ। ਦਰਸ਼ਕੋ ਆਪਾਂ ਨਰਸਰੀ ਜਾਣ ਤੋਂ ਪਹਿਲਾਂ ਨਾ ਇੱਕ ਆਹ ਇੱਥੇ ਛੱਤ ਹੋਰ ਸਾਨੂੰ ਟੱਕਰ ਗਈ, ਉਹਦੇ ਵਿੱਚ ਬੂਟੇ ਲਾਏ ਹੋਏ ਐਡਡ। ਤੇ ਇੱਥੇ ਬਾਈ ਜੀ ਕੀ ਖਾਸ? ਇੱਥੇ ਮੈਂ ਕਹਿੰਦਾ ਥੋੜ੍ਹੇ ਵੱਡੇ ਵੱਡੇ ਡਰੰਮ ਕੱਟ ਕੇ ਲਾਏ ਹੋਏ ਆ, ਹੈ ਨਾ? ਇਹ ਜਿਹੜਾ ਮਕਸਦ ਮੇਰਾ ਸੀਗਾ ਜੀ, ਆਪਣਾ ਇੱਕ ਲੋਕਾਂ ਨੂੰ ਜਾਗਰੂਕ ਕਰਨ, ਆਪਾਂ ਕਹਿ ਦਿੰਦੇ ਹਾਂ ਵੀ ਬੂਟੇ ਹੋ ਨਹੀਂ ਸਕਦੇ ਜੇ ਆਪਣੇ ਕੋਲ ਕੱਚੀ ਥਾਂ ਨਹੀਂ ਜੀ। ਆਪਣੇ ਕੋਲ ਫਿਲਹਾਲ ਕੱਚੀ ਥਾਂ ਤਾਂ ਬਹੁਤ ਹੈ, ਪਰ ਫਿਰ ਵੀ ਇੱਕ ਤਰ੍ਹਾਂ ਦਾ ਇੱਕ ਮਾਡਲ ਤਿਆਰ ਕਰਕੇ ਦੱਸਣਾ ਸੀਗਾ ਬਈ, ਤੁਸੀਂ ਘਰਾਂ ਦੇ ਵਿੱਚ ਛੱਤਾਂ ਨੂੰ ਟੈਰਸ ਗਾਰਡਨ ਬਣਾ ਕੇ ਅਤੇ ਵੱਧ ਤੋਂ ਵੱਧ ਜਿਹੜੇ ਬੂਟੇ ਲਾ ਸਕਦੇ ਹਾਂ, ਫਲਾਂ ਵਾਲੇ ਵੀ ਲਾ ਸਕਦੇ ਹਾਂ। ਹੁਣ ਆਪਾਂ ਜਿਵੇਂ ਪੰਛੀ ਬਚਾਉਣ ਲਈ ਆਪਾਂ ਜਿਹੜੇ ਤੁਰੇ ਹੋਏ ਹਾਂ, ਇਸ ਕਰਕੇ ਅਸੀਂ ਮੈਂ ਤਾਂ ਇੱਥੇ ਵੇਲਾਂ ਵੀ ਬਹੁਤ ਲਾ ਦੀਆਂ ਤਾਂ ਕਿ ਇਹਨਾਂ 'ਚ ਪੰਛੀ ਵੀ ਆਲਣਾ ਪਾ ਲੈਣ ਜੀ। ਫਾਈਕਸ ਲਾਇਆ ਜੀ, ਇਹਦੇ 'ਚ ਵੀ ਜਿਹੜੇ ਛੋਟੇ ਪੰਛੀ ਆ ਉਹ ਹੌਲੀ ਹੌਲੀ ਜਿਵੇਂ ਫੈਲੂਗਾ ਬੂਟੇ ਲਾ ਸਕਣ। ਅਤੇ ਬਾਕੀ ਜਿਹੜੇ ਬੇਰੀ ਲਾਈ ਹੋਈ ਆ ਤੁਹਾਡੀ? ਆਹ ਬੇਰੀ ਲਾਈ ਹੋਈ ਆ ਹਾਂਜੀ, ਇਹਦੇ ਵਿੱਚ ਪਨੀਰੀ ਤਿਆਰ ਕੀਤੀ ਹੋਈ ਆ ਅਸ਼ਵਗੰਧਾ ਦੀ। ਅੱਛਾ, ਅਸ਼ਵਗੰਧਾ ਹੋ ਗਿਆ, ਅਸ਼ਵਗੰਧਾ ਦੀ। ਹੁਣ ਦੱਸੋ ਕੀ ਕਰਦੇ ਹਾਂ ਅਸੀਂ, ਜਿਵੇਂ ਹੁਣ ਇਹ ਪਲਾਂਟਸ ਤਿਆਰ ਹੋ ਗਏ ਆ ਹਾਂਜੀ, ਇਹਨਾਂ ਨੂੰ ਹੁਣ ਕੀ ਕਰਾਂਗੇ ਤੁਸੀਂ ਦੱਸਦਾ ਤੁਹਾਨੂੰ ਮੈਂ? ਹੁਣ ਮੀਂਹ ਪਿਆ ਹੋਇਆ ਹਾਂਜੀ, ਕਿਉਂਕਿ ਇਹਨੂੰ ਆਪਾਂ ਖਿੱਚਾਂਗੇ ਕਰਾਂਗੇ ਜਿਵੇਂ ਮਰਜ਼ੀ ਥੈਲੀਆਂ 'ਚ ਇਹਨੂੰ ਸ਼ਿਫਟ ਕਰ ਦਿਓ ਹਾਂਜੀ, ਜਿਵੇਂ ਆਹ ਬੂਟੇ ਆ ਹੁਣ ਅਸੀਂ ਜਿਵੇਂ ਥੱਲੇ ਆ ਨਾ ਹਾਂਜੀ, ਥੈਲੀਆਂ ਦੇ ਵਿੱਚ ਅਸੀਂ ਇਹਨੂੰ ਸ਼ਿਫਟ ਕਰ ਦੇਣਾ। ਅੱਛਾ, ਆ ਜੜੋਂ ਪੱਟ ਲੈਣਾ ਹੈ ਹਾਂਜੀ ਬਾਈ, ਇਸ ਤਰ੍ਹਾਂ ਨਾਲ ਨਾ ਹਾਂਜੀ। ਇਹ ਕਿੱਥੇ ਕੰਮ ਆਉਂਦਾ ਕੀ ਇਹ? ਇਹ ਬਾਈ ਅਸ਼ਵਗੰਧਾ ਦੇ ਫਾਇਦੇ ਜੇ ਗਣਾਉਣ ਲੱਗ ਜਾਈਏ ਤਾਂ ਪੂਰੀ ਕਿਤਾਬ ਲਿਖੀ ਜਾ ਸਕਦੀ ਹੈ। ਅੱਛਾ, ਇੰਨੇ ਆ, ਇੰਨੇ ਕੁ ਫਾਇਦੇ? ਮੋਟਾ ਜਿਹਾ ਇੱਕ ਅੱਧਾ ਜਿਹੜਾ ਮੋਟਾ ਜਿਹਾ ਫਾਇਦਾ ਇਹਦਾ ਹੈਗਾ ਵੀ ਜਿਹੜੀ ਆਪਣੀ ਹਾਰਟ ਡਿਜ਼ੀਜ਼ ਕਮਜ਼ੋਰੀ ਠੀਕ ਹੈ ਜੀ, ਉਸ ਤੋਂ ਹੋ ਗਿਆ, ਬਾਕੀ ਜਿਹੜੇ ਇਹਦੇ ਪੱਤੇ ਮੋਟਾਪੇ ਤੋਂ, ਬਾਕੀ ਇਹਦੀ ਜ਼ਿਆਦਾ ਜੜ ਕੰਮ ਆਉਂਦੀ ਆ ਜੀ। ਜੜ ਦਾ ਚੂਰਨਾ ਮੈਨੂੰ ਲੱਗਦਾ ਕੁਛ ਕੁ ਗ੍ਰਾਮ ਆ, 2-2.5-2.5 ਸੌ ਰੁਪਈਏ ਦਾ ਪਿਆ ਬਾਜ਼ਾਰ ਦੇ ਵਿੱਚ। ਬਿਲਕੁਲ, ਅਤੇ ਆਪਾਂ ਜਿਵੇਂ ਮਰਜ਼ੀ ਇਹਨੂੰ ਆਪਦਾ ਘਰ ਦਾ ਸਾਡਾ ਬੂਟਾ ਅਕਸਨ ਆ ਵੈਸੇ ਇਹਦਾ ਨਾਮ, ਬਿਲਕੁਲ, ਅਤੇ ਆਪਣੇ ਛੱਪੜਾਂ ਦਾ ਬੂਟਾ, ਅਤੇ ਵਪਾਰੀਆਂ ਨੇ ਇਹਦੇ ਤੋਂ ਕਰੋੜਾਂ ਰੁਪਈਆ ਜਿਵੇਂ ਪਤੰਜਲੀ ਵਾਲਿਆਂ ਨੇ ਵੀ ਕਰੋੜਾਂ ਰੁਪਈਆ ਦਾ ਉਹਨਾਂ ਦਾ ਵੇਖਦਾ ਹੈ। ਕਮਾ ਲਿਆ ਬਿਲਕੁਲ ਸਹੀ ਆ। ਆਹ ਦੇਖੋ ਹੁਣ ਬੂਟੇ ਆਪਾਂ ਜਿਹੜੇ ਉੱਥੇ ਨਰਸਰੀ ਦੇ ਵਿੱਚ ਵੀ ਲੈ ਕੇ ਚੱਲਾਂਗੇ ਜੀ, ਅਤੇ ਉੱਥੇ ਪਏ ਵੀ ਤੁਹਾਨੂੰ ਦਿਖਾਵਾਂਗੇ ਜਿਹੜੇ ਤਿਆਰ ਹੋਏ। ਆਹ ਦਰਸ਼ਕੋ ਚੱਲ ਗਏ ਨਰਸਰੀ ਵਾਲੇ ਪਾਸੇ ਵੀ, ਅਤੇ ਅਸਲ ਦੇ ਵਿੱਚ ਦਿਲ ਦੇ ਵਿੱਚ ਚਾਹਤ ਦੀ ਗੱਲ ਆ ਵੀ ਕਿਵੇਂ ਤੁਸੀਂ ਹਰਿਆ ਭਰਿਆ ਆਪਦੇ ਅਰਧ ਗਰਦ ਨੂੰ ਕਰਨਾ। ਆਹ ਨਰਸਰੀ 'ਚ ਚੱਲ ਗਏ ਦਰਸ਼ਕੋ ਵੀ,
ਬਾਈ ਜੀ ਅੰਜੀਰ ਦਾ ਬੂਟਾ ਵੀ ਤੁਹਾਡਾ ਲਾਇਆ ਹੋਇਆ ਹੈ ਨਾ ਹਾਂਜੀ ਅੰਜੀਰ ਆਪਾਂ ਬਣਾ ਕੇ ਵੀ ਤਿਆਰ ਕਰਕੇ ਵੀ ਦੇ ਦਿੰਦੇ ਹਾਂ ਜੀ ਅੱਛਾ ਕਿਉਂਕਿ ਇਸੇ ਜਿਹੜਾ ਇਸੇ ਪਲਾਂਟ ਤੋਂ ਹੀ ਆਪਣੇ ਬਹੁਤ ਬੂਟੇ ਅੱਗੇ ਬਣ ਜਾਂਦੇ ਆ ਜੀ ਅਤੇ ਉਹ ਅਸੀਂ ਜਿੰਨੀਆਂ ਇੱਥੇ ਤਿਆਰ ਹੋ ਜਾਂਦੇ ਆ ਵੱਧ ਤੋਂ ਵੱਧ ਥੈਲੀਆਂ 'ਚ ਪਾ ਕੇ ਜਿਵੇਂ ਅੱਜ ਅਸ਼ਵਗੰਧਾ ਲਿਆਂਦਾ ਜੀ ਇਹ ਵੀ ਇਸੇ ਤਰ੍ਹਾਂ ਹੀ ਇੱਥੇ ਜਿਹੜੇ ਇਹ ਹਜੇ ਮਤਲਬ ਕਿ ਆਪਣੀ ਨਰਸਰੀ ਤਿਆਰ ਹੋ ਰਹੀ ਆ ਪਹਿਲਾਂ ਇੱਥੇ ਅਸੀਂ ਜਿਵੇਂ 10,000 ਪੌਦਾ ਅਸੀਂ ਤਿਆਰ ਕਰ ਲੈਂਦੇ ਸੀ ਜਿੰਨੇ ਵੀ ਹੁਣ ਇੱਥੇ ਇੱਥੇ ਸੁਸਾਇਟੀ ਮੈਂਬਰ ਆ ਨਾ ਜੀ ਉਹਨਾਂ ਦੀ ਆਪਦੀ ਜਿਹੜੀ ਨਰਸਰੀ ਬਣਾਈ ਹੋਈ ਆ ਜੀ ਆਪਦੇ ਮੈਂ ਉਹਨਾਂ ਨਾਲ ਜਾਣ ਪਛਾਣ ਜ਼ਰੂਰ ਤੁਹਾਨੂੰ ਕਰਾਉਣਾ ਚਾਹੁੰਦਾ ਜੀ ਲਾਜ਼ਮੀ ਲਾਜ਼ਮੀ ਜਿਵੇਂ ਸਾਡੇ ਸਭ ਤੋਂ ਸੀਨੀਅਰ ਮੈਂਬਰ ਕੁਲਦੀਪ ਸਿੰਘ ਜੀ ਅੰਕਲ ਇਹ ਜੀ ਇਹ ਰਿਟਾਇਰ ਹੋਏ ਆਪਣੇ ਰੀਡਰ ਸੀਗੇ ਜੱਜ ਦੇ ਜੀ ਕਚਹਿਰੀ ਤੋਂ ਅਤੇ ਉਦੋਂ ਬਾਅਦ 'ਚੋਂ ਇਹਨਾਂ ਨੇ ਜਿਹੜੀ ਨਰਸਰੀ ਸ਼ੁਰੂ ਕਰ ਲਈ ਸੀ ਹੁਣ 8-9 ਸਾਲ ਤੋਂ ਇਹਨਾਂ ਦੇ ਘਰੇ ਨਰਸਰੀ ਆ ਜੀ ਕਿਹੜੇ ਥਾਂ ਤੋਂ ਨੇ ਤਾਂ ਕਿ ਕਿਸੇ ਨੇ ਬੂਟਾ ਲੈਣਾ ਹੋਵੇ ਫਰੀਦਕੋਟ ਤੋਂ ਜੀ ਅੱਛਾ ਫਰੀਦਕੋਟ ਤੋਂ ਕੋਈ ਵੀ ਜਿਹੜਾ ਬੂਟਾ ਉਹ ਬੀਡ ਸੁਸਾਇਟੀ ਨਾਲ ਜਿਵੇਂ ਸੰਪਰਕ ਕਰਕੇ ਜਿਵੇਂ ਇਹਨਾਂ ਦੀ ਜਿਹੜੀ ਵਿਸ਼ੇਸ਼ਤਾ ਇਹ ਹੈਗੀ ਆ ਵੀ ਕੋਈ ਬੋਰਡ ਹੋਵੇ ਪਿੱਪਲ ਹੋਵੇ ਇਹ ਲਾ ਲਿਆਉਂਦੇ ਆ ਅਤੇ ਇੱਥੇ ਮੈਨੂੰ ਲੱਗਦਾ ਇਹਨਾਂ ਦੇ ਤਿਆਰ ਕੀਤੇ ਬੋਰਡ ਪਿੱਪਲ ਵੀ ਆਪਾਂ ਨੂੰ ਮਿਲ ਜਾਣਗੇ ਜੀ ਅਤੇ ਉਸ ਤੋਂ ਬਾਅਦ ਬਾਈ ਜਸਪਿੰਦਰ ਸਿੰਘ ਬਰਾੜ ਜੀ ਇਹਨਾਂ ਨੇ ਫਰੀਦਕੋਟ ਇਹ ਆ ਮਾਈ ਗੋਦੜੀ ਜੀ ਅਤੇ ਇਹ ਵੀ ਜਿਵੇਂ ਸ਼ੂਗਰ ਪਲਾਂਟ ਹੋ ਗਿਆ ਜਾਂ ਕੋਈ ਹੋਰ ਸਪੀਸੀਜ਼ ਹੋ ਗਈਆਂ ਉਹ ਇਹਨਾਂ ਕੋਲੋਂ ਜਿਹੜੀਆਂ ਮਿਲ ਜਾਂਦੀਆਂ ਜੀ ਠੀਕ ਆ ਬਾਈ ਜੀ ਅਤੇ ਬਾਕੀ ਜਿਹੜੇ ਬਾਈ ਰੈਂਬੋ ਬਰਾੜ ਹਾਂਜੀ ਇਹ ਜੰਡ ਵਾਲੇ ਤੋਂ ਆ ਅੱਛਾ ਜਿੱਥੇ ਆਪਾਂ ਹਰਬਲ ਗਾਰਡਨ ਲਾਇਆ ਸੀ ਅਤੇ ਉਹ ਇਹਨਾਂ ਕੋਲ ਵੀ ਜਿਹੜੀ ਕਾਫੀ ਜਿਹੜੀਆਂ ਸਪੀਸੀਜ਼ ਆ ਇਹਨਾਂ ਦੀਆਂ ਜਿਵੇਂ ਅੱਜ ਵੀ ਇਹਨਾਂ ਨੇ 50 ਲੈਮਨ ਗ੍ਰਾਸ ਉਸੇ ਹਰਬਲ ਗਾਰਡਨ ਤੋਂ ਹੀ ਤਿਆਰ ਕਰਕੇ ਜਿਹੜੀਆਂ ਨਰਸਰੀਆਂ ਦੇ ਵਿੱਚ ਜਮ੍ਹਾਂ ਆਪਾਂ ਕਰ ਲਏ ਆ ਜੀ ਅਤੇ ਉਵੇਂ ਰੋਜ਼ ਦੀ ਰੋਜ਼ ਬੂਟੇ ਤਿਆਰ ਹੁੰਦੇ ਰਹਿੰਦੇ ਆ ਅਤੇ ਆਪਣੇ ਡੱਲੇ ਵਾਲੇ ਤੋਂ ਬਾਈ ਕਮਲਜੀਤ ਸਿੰਘ ਬਰਾੜ ਜੀ ਸਰਵਿਸਮੈਨ ਜੀ ਅਤੇ ਉਹਨਾਂ ਦੀ ਜਿਹੜੀ ਨਰਸਰੀ ਘਰੇ ਇਹਨਾਂ ਨੇ ਵੀ ਬਹੁਤ ਬੂਟੇ ਤਿਆਰ ਕਰ ਲਏ ਕੁਛ ਡੈਕੋਰੇਟਿਵ ਵੀ ਕਰੀ ਬੈਠੇ ਤਾਂ ਜਿਵੇਂ ਕੰਘੀ ਪਾਮ ਵਗੈਰਾ ਹੋ ਗਿਆ ਜੀ ਅਤੇ ਪਰ ਫਿਰ ਵੀ ਜਿਹੜਾ ਅਸੀਂ ਕਈ ਹੁਣ ਸਾਨੂੰ ਫੋਨ ਆਉਂਦੇ ਆ ਕਈ ਵਾਰੀ ਲੋਕ ਡੈਕੋਰੇਟਿਵ ਪਲਾਟ ਹੀ ਸਾਡੇ ਤੋਂ ਮੰਗੀ ਜਾਂਦੇ ਆ ਪਾਮ ਵਗੈਰਾ ਹਾਂ ਕਿਉਂਕਿ ਉਹ ਸਾਡੇ ਕੋਲ ਪੂਰੇ ਇੰਨੀ ਨਹੀਂ ਤਿਆਰ ਹੁੰਦੇ ਸਾਡੇ ਕੋਲ ਜਿਵੇਂ ਹਰਬਲ ਪਲਾਂਟਸ ਹੋ ਗਏ ਜਿਵੇਂ ਆਹ ਤੁਲਸੀ ਆ ਜੀ ਜੀ ਤੁਲਸੀ ਦੇ ਅਸੀਂ ਜਿਵੇਂ ਸੌਕ ਬੂਟਾ ਕੱਲ੍ਹ ਹੀ ਤਿਆਰ ਕੀਤਾ ਜੀ ਘਰੇ ਹੀ ਲੱਗੀ ਸੀ ਅਤੇ ਇਹਨੂੰ ਅਸੀਂ ਥੈਲੀਆਂ 'ਚ ਸ਼ਿਫਟ ਕਰ ਲਿਆ ਜੀ ਠੀਕ ਆ ਲੈਮਨ ਗ੍ਰਾਸ ਹੋ ਗਿਆ ਸਦਾ ਬਹਾਰ ਪੱਥਰ ਚੱਟ ਜਾਂ ਆਪਣੇ ਹੋਰ ਵਿਰਾਸਤੀ ਬੂਟੇ ਬੋਰਡ ਪਿੱਪਲ ਨਿੰਮਾਂ ਜੀ ਪਿਲਕਣਾ ਕਨੇਰ ਕਿੱਕਰਾਂ ਇਹੋ ਜਿਹੇ ਪਲਾਂਟਸ ਤੁਸੀਂ ਜਿਵੇਂ ਸਾਡੇ ਤੋਂ ਜਿਵੇਂ ਮਰਜ਼ੀ ਫ੍ਰੀ ਆਫ ਕੋਸਟ ਲੈ ਸਕਦੇ ਹਾਂ ਪਰ ਕਈ ਵਾਰੀ ਬੂਟੇ ਉਹੋ ਜਿਹੇ ਹੁੰਦੇ ਆ ਜਿਵੇਂ ਕੋਈ ਹਾਈਬ੍ਰਿਡ ਬੂਟੇ ਹੋ ਗਏ ਜਾਂ ਉਹ ਜਿਹੜੇ ਉਹ ਸਾਡੇ ਕੋਲ ਕਈ ਵਾਰੀ ਨਹੀਂ ਹੁੰਦੇ ਜਿਹੜੇ ਨਹੀਂ ਸੀ ਨਹੀਂ ਦੇ ਸਕਦੇ ਪਰ ਜਿਹੜੇ ਦੇਸੀ ਬੂਟੇ ਜਿੰਨੇ ਵੀ ਆਪਣੇ ਵਿਰਾਸਤੀ ਬੂਟੇ ਆ ਉਹ ਜਿੰਨੇ ਵੀ ਸਾਡੇ ਸੁਸਾਇਟੀ ਮੈਂਬਰ ਹੈਗੇ ਆ ਇਹਨਾਂ ਦੀਆਂ ਜਿਹੜੀਆਂ ਆਪਦੀਆਂ ਨਰਸਰੀਆਂ ਬਣਾਈਆਂ ਹੋਈਆਂ ਅਤੇ ਇਹਨਾਂ ਤੋਂ ਜਿਵੇਂ ਮਰਜ਼ੀ ਤੁਸੀਂ ਲੈ ਸਕਦੇ ਤੁਸੀਂ ਲੈ ਸਕਦੇ ਇੱਕ ਮੈਂ ਦਰਸ਼ਕਾਂ ਨੂੰ ਗੱਲ ਦੱਸਦੇ ਹਾਂ ਬੂਟੇ ਹਰਬਲ ਬੂਟੇ ਉਹ ਪਿੰਡ ਦੀਆਂ ਸਾਂਝੀਆਂ ਥਾਵਾਂ 'ਤੇ ਲਾਉਣ ਲੈ ਕੇ ਲਾਉਣ ਵਾਸਤੇ ਵੀ ਲਿਜਾ ਸਕਦੇ ਆ ਕਿਉਂ ਬਾਈ ਜੀ ਬਿਲਕੁਲ ਬਾਈ ਅਤੇ ਕਈ ਇਹ ਬਹਾਨੇ ਵਾਲੀ ਗੱਲ ਨਹੀਂ ਵੀ ਭਾਈ ਪਰ ਰੁਪਈਏ ਹੈ ਨਹੀਂ ਅਤੇ ਆਪਾਂ ਲਾਈਏ ਕਿੱਥੋਂ ਨਾ ਪਿਵੇਂ ਪਿੰਡ 'ਚੋਂ ਪਟ ਰੁਪਈਏ ਇਕੱਠੇ ਕਰਦੇ ਫਿਰੀ ਉਹ ਗੱਲ ਨਹੀਂ ਤੁਸੀਂ ਆਓ ਚੁੱਪ ਕਰਕੇ 2-4-5-10-20 ਬੂਟੇ ਲੈ ਕੇ ਜਾਓ ਕਿਤੇ ਸਾਂਝੀ ਥਾਂ 'ਤੇ ਲਾ ਲਓ ਕੁਝ ਲਾ ਲਓ ਘਰੇ ਲਾ ਲਓ ਅਜਿਹਾ ਤੁਸੀਂ ਕੁਛ ਕਰ ਸਕਦੇ ਹੋ ਮਤਲਬ ਇੱਕ ਆਪਣੇ ਕੋਲ ਪਲੇਟਫਾਰਮ ਮਿਲਿਆ ਹੋਇਆ ਅਤੇ ਬੂਟੇ ਉਹ ਆ ਜਿਹੜੇ ਕੁਦਰਤ ਦੇ ਵਿੱਚੋਂ ਹੀ ਮਤਲਬ ਬਣੇ ਹੋਏ ਬੂਟੇ ਮਤਲਬ ਕਿ ਕੋਈ ਆਰਟੀਫਿਸ਼ੀਅਲ ਨਹੀਂ ਹੈਗੇ ਹੈ ਨਾ ਬਾਈ ਜੀ ਬਿਲਕੁਲ ਜੀ ਬਿਲਕੁਲ ਇਹ ਸਾਰੇ ਜਿਵੇਂ ਤੁਸੀਂ ਦੇਖੋ ਅਤੇ ਫਾਇਦੇਮੰਦ ਵੀ ਆ ਹੁਣ ਅਸ਼ਵਗੰਧਾ ਇਹਦੇ ਬਾਰੇ ਹੁਣ ਲਿਆਉਂਦਾ ਸੀ ਇਹ ਲੱਗਣ ਲਾਉਣਾ ਵੀ ਬੜਾ ਸੌਖਾ ਜੇ ਗਾਂਹ ਕਿਸੇ ਨੇ ਤਿਆਰ ਕਰਨੇ ਹੁਣ ਇਹ ਅਸੀਂ ਬੀਜ ਹੀ ਮੈਂ ਉਹਦੇ 'ਚ ਭੋਰਿਆ ਸੀ ਭੋਰ ਦਿਓ ਹਾਂਜੀ ਭੋਰਿਆ ਬੀਜ ਹੋ ਗਿਆ ਅਤੇ ਇਹਨੂੰ ਜਿਵੇਂ ਮਰਜ਼ੀ ਤੁਸੀਂ ਥੈਲੀ ਦੇ ਵਿੱਚ ਕਿਹੜੀਆਂ ਲਾ ਕੇ ਦਿਖਾ ਦਿਓ ਕਿਵੇਂ ਲੱਗਦਾ ਸਾਨੂੰ ਹਾਂ ਦਰਸ਼ਕੋ ਆ ਦੇਖੋ ਵੀ ਵੀਰਾ ਲਾਉਣ ਲੱਗਿਆ ਇਹ ਥੈਲੀਆਂ ਦੇ ਵਿੱਚ ਹਨਾ ਤੁਸੀਂ ਤਿਆਰ ਕਰਦੇ ਹੋ ਕਿੰਨੀਆਂ ਕੁ ਕਿਸਮਾਂ ਦੇ ਬੂਟੇ ਨੇ ਆਪਣੇ ਕੋਲ ਦੇਖੋ ਵੀ ਥੈਲੀ ਵੀ ਆ ਬਾਈ ਨੇ ਕਮਲਜੀਤ ਨੇ ਜਿਹੜੇ ਵੇਰਕਾ ਦੁੱਧ ਲੱਗਿਆ ਘਰੇ ਹਾਂਜੀ ਆਸੇ ਪਾਸੇ ਆਂਢ ਗੁਆਂਢ ਚੋਂ ਆ ਦੁੱਧ ਵਾਲੀ ਥੈਲੀ ਦੇ ਵਿੱਚ ਚੱਕ ਕੇ ਉਹਨੂੰ ਅਸੀਂ ਵਰਤ ਲਿਆ ਉਹ ਪਾਊਚ ਜਿਹਾ ਵਰਤ ਲਿਆ ਤੁਸੀਂ ਪਾਊਚ ਵਰਤ ਲਿਆ ਨਹੀਂ ਤਾਂ ਇਹਨੂੰ ਨਾਲੀ 'ਚ ਸਿੱਟਣਾ ਪੈਣਾ ਸੀ ਆ ਦੇਖੋ ਕੰਮ ਆ ਗਿਆ ਬਿਲਕੁਲ ਵੇਰਕਾ ਵਾਲੇ ਤੇ ਇਹੀ ਸਾਰੀਆਂ ਥੈਲੀਆਂ 'ਚ ਅਸ਼ਵਗੰਧਾ ਹੀ ਪਿਆ ਜੀ ਉਹ ਸਾਰਾ ਜੀ ਤਿਆਰ ਕੀਤਾ ਹੋਇਆ ਕਿੰਨੀਆਂ ਕੁ ਵਰਾਈਟੀਆਂ ਨੇ ਆਪਣੇ ਕੋਲੇ ਹਰਬਲ ਵਾਲੀਆਂ ਹਰਬਲ ਵਾਲੀਆਂ ਆਪਾਂ ਜੀ 10-15 ਵਰਾਈਟੀਆਂ ਹਰ ਸਾਲ ਤਿਆਰ ਕਰਦੇ ਹਾਂ ਜੀ 8-10,000 ਪਲਾਂਟਸ ਅਸੀਂ ਤਿਆਰ ਕਰ ਲੈਂਦੇ ਹਾਂ ਹਰ ਸਾਲ ਠੀਕ ਆ ਜਿਹੜਾ ਕਿ ਜਿੰਨਾ ਵੀ ਤਕਰੀਬਨ ਅਸੀਂ ਵੰਡ ਸਕੀਏ ਕੋਸ਼ਿਸ਼ ਹੁੰਦੀ ਆ ਵੀ ਕੋਈ ਸਾਡੇ ਤੋਂ ਖਾਲੀ ਨਾ ਮੁੜੇ ਅਤੇ ਇੱਕ ਆਪਣੇ ਕੋਲ ਗਮਲਿਆਂ 'ਚ ਲਾਉਣ ਵਾਸਤੇ ਵੀ ਬੂਟੇ ਹੈਗੇ ਆ ਤਕਰੀਬਨ ਜਿਵੇਂ ਆਹ ਬੂਟੇ ਹਰਬਲ ਵੀ ਆ ਤੁਲਸੀ ਹੋ ਗਈ ਅਸ਼ਵਗੰਧਾ ਹੋ ਗਿਆ ਲੈਮਨ ਗ੍ਰਾਸ ਹੋ ਗਿਆ ਸਾਰੇ ਸਦਾ ਬਹਾਰ ਹੋ ਗਿਆ ਇਹ ਗਮਲਿਆਂ 'ਚ ਵੀ ਲੱਗ ਜਾਂਦੇ ਆ ਜੀ ਅਤੇ ਵੱਡੇ ਦਰਖਤ ਵੀ ਹੈਗੇ ਆਪਣੇ ਕੋਲ ਵੱਡੇ ਦਰਖਤ ਵੀ ਮਿਲ ਜਾਂਦੇ ਆ ਜੀ ਠੀਕ ਵੱਡੇ ਦਰਖਤ ਵੀ ਜਿਵੇਂ ਨਿੰਮ ਹੋ ਗਈ ਬੋੜ ਹੋ ਗਈ ਪਿੱਪਲ ਹੋ ਗਿਆ ਜੀ ਕਿੱਕਰ ਹੋ ਗਈ ਬੋਤਲ ਬੁਰਸ਼ ਤਾਂ ਇਹੋ ਜਿਹੇ ਬੂਟੇ ਜਿਹੜੇ ਟਕੋਮਾ ਹੋ ਗਿਆ ਉਹ ਵੱਡੇ ਬੂਟੇ ਵੀ ਆਪਾਂ ਨੂੰ ਮਿਲ ਜਾਣਗੇ ਜੀ
ਮਤਲਬ ਅੰਜੀਰ ਇਹ ਆਪਦੇ ਆਪ ਹੀ ਹੋ ਗਿਆ ਸੀ ਜਾਂ ਕਿਤੋਂ ਲਿਆ ਕੇ ਲਾਇਆ ਸੀ ਕਿਵੇਂ? ਇੱਕ ਵਾਰੀ ਜਿਹੜਾ ਅੰਜੀਰ ਦੀ ਨਾ ਕਲਮ ਲਿਆ ਕੇ ਲਾਈ ਸੀ। ਅੱਛਾ, ਦੀ ਕਲਮ ਲੱਗਦੀ ਆ? ਕਲਮ ਵੀ ਲੱਗ ਜਾਂਦੀ ਆ ਸੀਡ ਤੋਂ ਆਪਦੇ ਆਪ ਹੀ। ਜਿਵੇਂ ਹੁਣ ਤੁਸੀਂ ਦੇਖੋ ਵੀ ਜਿਹੜਾ ਅੰਜੀਰ ਆ ਉਹਦੇ 'ਚ ਜਿਹੜੀ ਕੋਇਲ ਆ ਬਹੁਤ ਆਉਂਦੀ ਆ, ਬੁਲਬੁਲ ਬਹੁਤ ਆਉਂਦੀ ਆ ਜੀ। ਹੁਣ ਇਸ ਟਾਈਮ 'ਤੇ 8-10 ਕੋਇਲਾਂ ਇਹਦੇ ਵਿੱਚ ਬੈਠੀਆਂ ਜੀ, ਅਤੇ ਉਹ ਜਿਹੜਾ ਅੰਜੀਰ ਆ ਉਹ ਜਿਹੜੀਆਂ ਆਪਦੀਆਂ ਜਦੋਂ ਖਾ ਕੇ ਬਿੱਠ ਵਗੈਰਾ ਕਰਦੀਆਂ ਅਤੇ ਆਸੇ ਪਾਸੇ ਇਹਦੇ ਬੂਟੇ ਬਹੁਤ ਉੱਗੇ ਆਉਂਦੇ ਆ, ਅਤੇ ਅਸੀਂ ਜਾ ਕੇ ਉਹ ਬੂਟੇ ਵੇਸਟ ਨਹੀਂ ਕਰਦੇ, ਚੱਕ ਕੇ ਥੈਲੀਆਂ ਦੇ ਵਿੱਚ ਲਾ ਲਈਦੇ ਆ, ਤੇ ਉਹ ਜਿਹਨੂੰ ਵੀ ਚਾਹੀਦੇ ਹੁੰਦੇ। ਇਸ ਟਾਈਮ ਹਜੇ ਥੈਲੀਆਂ 'ਚ ਤਾਂ ਨਹੀਂ ਲਾਏ ਜੀ, ਪਰ ਸਾਡੇ ਕੋਲ ਮੈਂ ਦੇਖਿਆ ਵੀ 25-30 ਬੂਟੇ ਅੰਜੀਰ ਦੇ ਆਪਦੇ ਆਪ ਹੀ ਉੱਗੇ ਉੱਗੇ ਪਏ ਆ, ਅਤੇ ਉਹ ਜਦੋਂ ਆ ਸਾਡੀ ਨਰਸਰੀ ਜਿੱਦਣ ਕੰਪਲੀਟ ਹੋ ਗਈ 2-4 ਦਿਨਾਂ 'ਚ ਜੀ, ਅਸੀਂ ਸਾਰੇ ਬੂਟੇ ਉਹ ਜਿਹੜੇ ਸ਼ਿਫਟ ਕਰਕੇ ਉਹਦੇ ਵਿੱਚ ਥੈਲੀਆਂ 'ਚ ਕਰ ਦੇਣੇ ਆ। ਉਹ ਇੱਕ ਆ ਤੁਹਾਡੀ ਆ ਛੰਨ ਡੈਕੋਰੇਸ਼ਨ ਜਿਹੜਾ ਕਾ, ਇਹ ਬੜੀ ਘੈਂਟ ਚੀਜ਼ ਪਾਈ ਆ ਬਈ, ਇਹ ਕਿੱਥੋਂ ਕੀਤਾ ਪ੍ਰਬੰਧ ਇਹਦਾ? ਫਿਰ ਇੱਕ ਤੁਹਾਡੀ ਛੱਤ 'ਤੇ ਪਾਈ ਆ, ਇੱਕ ਆਹ ਪਾ ਦੀ ਆ। ਇਹ ਬਾਈ ਦੇਖੋ, ਦੇਖਣ ਨੂੰ ਲੱਗਦਾ ਵੀ ਚਲੋ ਸੌਖੀ ਜੀ ਬਣ ਗਈ ਹੋਣੀ ਆ, ਹਾਂਜੀ, ਪਰ ਸਾਨੂੰ ਪਤਾ ਵੀ ਇਹ ਬਾਈ ਜਿਵੇਂ ਰਹਿਮ ਬੋਹਰਾਂ ਨੂੰ, ਕਮਲਜੀਤ ਹੋਰਾਂ ਨੂੰ ਪਤਾ ਹੈ ਵੀ ਇਹਨੂੰ ਬਣਾਉਣ 'ਤੇ ਸਾਨੂੰ ਹੋ ਗਿਆ 1.5-2 ਮਹੀਨੇ ਲੱਗਿਆ ਨੂੰ। ਅੱਛਾ, ਪਹਿਲੀ ਗੱਲ ਤਾਂ ਜਿਹੜਾ ਇਹਦਾ ਮਟੀਰੀਅਲ ਲੱਗਿਆ, ਇਹ ਜਿਹੜੀ ਸਪੀਸੀ ਆ ਕਾਈ ਲੱਗੀ ਆ, ਕਾਈ ਆਪਣੇ ਹੁਣ ਕਾਈ ਤਕਰੀਬਨ ਖਤਮ ਹੁੰਦੀ ਜਾ ਰਹੀ ਆ ਆਪਣੇ ਪੰਜਾਬ 'ਚ ਜੀ, ਕਿਤੋਂ ਕਿਤੋਂ ਮਿਲਦੀ ਆ ਜੀ। ਜਿਹੜਾ ਸਰਕੜਾ ਉਹ ਆਮ ਮਿਲ ਜਾਂਦਾ ਜੀ, ਉਹਦਾ ਜਿਹੜਾ ਇੰਨਾ ਸਟਰੋਂਗ ਨਹੀਂ ਛੱਪਰ ਬਣਦਾ, ਛੰਨ ਇੰਨੀ ਸਟਰੋਂਗ ਨਹੀਂ ਬਣਦੀ ਜਿੰਨੀ ਇਹਦੀ ਕਾਈ ਦੀ ਬਣਦੀ ਆ ਜੀ। ਕਾਈ ਲੱਭ ਲੱਭ ਕੇ ਉਹਨਾਂ ਨੂੰ ਛਿੱਲ ਛਿੱਲ ਕੇ ਫਿਰ ਇਹਦੇ 'ਚ ਸਾਰਾ ਬਾਂਸ ਵਰਤਿਆ ਜੀ, ਕੋਈ ਇਹਦੇ 'ਚ ਦੂਜਾ ਲੋਹਾ ਨਹੀਂ ਆਪਾਂ ਵਰਤਿਆ, ਅਤੇ ਇਹਦਾ ਜਿਹੜਾ ਮਕਸਦ ਸਾਡਾ ਸੀਗਾ, ਕਿਉਂਕਿ ਜਿਹੜੇ ਬੂਟੇ ਆ ਨਾ ਕੋਰਾ ਖਰਾਬ ਕਰਦਾ ਸਿਆਲਾਂ 'ਚ ਜੀ, ਅਤੇ ਗਰਮੀਆਂ ਦੇ ਵਿੱਚ ਜਿਹੜੀ ਮਈ ਜੂਨ ਦੀ ਧੁੱਪ ਆ ਉਹ ਖਰਾਬ ਕਰਦੀ ਹੈ ਜੀ, ਉਹ ਜਿਹੜੇ ਨਰਸਰੀ ਵਾਲੇ ਬੂਟਿਆਂ ਨੂੰ ਨਾ ਖਰਾਬ ਕਰਦੀ ਹੈ। ਅਤੇ ਤਕਰੀਬਨ ਅਸੀਂ ਪ੍ਰਬੰਧ ਕੀਤਾ ਵੀ ਇਹਦੇ 'ਚ 3-4 ਹਜ਼ਾਰ ਬੂਟਾ ਇਹਦੇ ਵਿੱਚ ਹੀ ਟਿਕ ਜਾ ਕਰੂ ਅੰਦਰ ਅੰਦਰ ਜੀ, ਤਿਆਰ ਹੋਇਆ, ਅਤੇ ਬੂਟਾ ਇਹਦੇ 'ਚ ਵਧੀਆ ਰਿਹਾ ਕਰੂ, ਸੇਫ ਰਿਹਾ ਕਰੂਗਾ ਜਿਹੜੀ ਉਹਨਾਂ ਹਾਲਾਤਾਂ ਦੇ ਵਾਸਤੇ। ਸੋ ਬਾਈ ਜੀ ਤੁਹਾਡਾ ਵੀ ਧੰਨਵਾਦ, ਅਤੇ ਤੁਹਾਡੀ ਸਾਰੀ ਟੀਮ ਦਾ ਵੀ ਧੰਨਵਾਦ। ਦਰਸ਼ਕੋ, ਯਕੀਨਨ ਬਹੁਤ ਵਧੀਆ ਗੱਲਾਂ ਅਤੇ ਕੰਮ ਦੀਆਂ ਗੱਲਾਂ ਆਪਣੇ ਆਲੇ ਦੁਆਲੇ ਨੂੰ ਹਰਾ ਭਰਾ ਰੱਖਣ ਦੀਆਂ ਗੱਲਾਂ ਨੇ। ਸੋ ਤੁਸੀਂ ਵੀ ਸੰਪਰਕ ਕਰਿਓ ਅਤੇ ਲੈ ਕੇ ਜਾਇਓ ਬੂਟੇ, ਕੋਈ ਰੁਪਈਆ ਧੇਲਾ ਨਹੀਂ ਲੱਗਦਾ ਅਤੇ ਫ੍ਰੀ ਦੇ ਵਿੱਚ ਨੇ। ਸੋ ਮਿਲਦੇ ਹਾਂ ਫਿਰ ਕਿਸੇ ਨਵੇਂ ਵਿਸ਼ੇ ਨਾਲ, ਮਿਹਰਬਾਨੀ, ਧੰਨਵਾਦ।